ਵੀ ਮੰਦਬੁੱਧੀ ਬੱਚਾ ਕਿਤੇ ਵੀ ਜਾ ਸਕਦਾ, ਠੀਕ ਹੈ ਨਾ? ਅਤੇ ਹੁਣ ਜੇ ਦੂਸਰੀ ਪਾਰਟੀ ਵੀ ਚਲੇ ਗਿਆ BJP ਵਗੈਰਾ 'ਚ, ਤਾਂ ਉਹਦੇ ਨਾਲ ਸਾਨੂੰ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ। ਸਰਦਾਰ ਬੇਅੰਤ ਸਿੰਘ ਦੇ ਨਾਮ ਦੇ ਉੱਤੇ ਬਿੱਟੂ ਨੇ ਆਪਣੀ ਜਿਹੜੀ 10 ਸਾਲ ਦੀ 15 ਸਾਲ ਦੀ ਰਾਜਨੀਤੀ ਕੀਤੀ ਆ, ਆਪਣੇ ਸਵਰਗੀਏ ਮਰਹੂਮ ਸਾਡੇ ਸਰਦਾਰ ਬੇਅੰਤ ਸਿੰਘ ਦੀ, ਮੈਂ ਤਾਂ ਸਿੱਧਾ ਕਹਾਂਗਾ ਅੱਜ ਉਹਨਾਂ ਨੇ ਉਹਨਾਂ ਦੀ ਪਗੜੀ ਨੂੰ ਵੀ ਦਾਗ ਲਾਇਆ। ਸ਼ਰਮਿੰਦਗੀ ਗੱਲ ਆ, ਬਾਕੀ ਜਿਹੜੇ ਅੱਜ ਤੋਂ 10 ਦਿਨ ਪਹਿਲਾਂ ਰੈਲੀਆਂ ਕਰਦੇ ਸੀ ਕਾਂਗਰਸ ਦੇ ਵਰਕਰਾਂ ਨੂੰ ਝੰਡੇ ਚੁਕਾ ਕੇ, ਇਹ ਸ਼ਹਿਰ ਦੇ ਫਿਰਦੇ ਸੀ, ਮਤਲਬ ਇਹ ਸਭ ਨੂੰ ਵੇਚ ਰਹੇ ਸੀ, ਤਾਲੇ ਲਾਉਣ ਗਏ ਸੀ ਨਾ, ਕਾਂਗਰਸ ਦੇ ਵਰਕਰ ਸੀ ਸਾਰੇ, ਉਦੋਂ ਕੋਈ BJP ਦਾ ਤਾਂ ਨਹੀਂ ਸੀ, ਸਾਰੇ ਕਾਂਗਰਸ ਦੇ ਜਿਹੜੇ 500-700 ਹਜ਼ਾਰ ਬੰਦਾ ਗਿਆ, ਉਹ ਲੁਧਿਆਣੇ ਦੇ ਕਾਂਗਰਸ ਦੇ ਵਰਕਰ ਹੀ ਸੀ ਨਾ, ਸ਼ੋਅ ਤਾਂ ਸਾਰਾ ਵਰਕਰਾਂ ਦਾ ਸੀ। ਇਹ 2-4 ਜਿਹੜੇ ਛੁਟਵਈਆ ਸੀਗੇ, ਇਹਨਾਂ ਨੇ ਮੂਹਰੇ ਹੋ ਕੇ ਜੋ ਵੀ ਕੀਤਾ ਕੀਤਾ ਨਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਵਿੰਦਰ ਸਰਾਣਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਲਾਈਵ 'ਤੇ। ਜਿਵੇਂ ਜਿਵੇਂ MP ਇਲੈਕਸ਼ਨ ਦੀ ਤਾਰੀਖ ਨੇੜੇ ਆ ਰਹੀ ਹੈ, ਉਵੇਂ ਉਵੇਂ ਪਾਰਟੀਆਂ 'ਚ ਬਹੁਤ ਵੱਡਾ ਫੇਰ ਬਦਲ ਹੋ ਰਿਹਾ। ਬਿਲਕੁਲ ਜੀ, ਹੁਣ ਲੁਧਿਆਣੇ 'ਚ ਬਹੁਤ ਵੱਡਾ ਫੇਰ ਬਦਲ ਦੇਖਣ ਨੂੰ ਮਿਲਿਆ ਹੈ। ਲੁਧਿਆਣੇ ਦੇ ਆਪਾਂ ਜੋ ਪਿਛਲੇ ਵਾਰ ਦੇ MP ਸੀ, ਬੇਅੰਤ ਸਿੰਘ, ਮਰਹੂਮ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ। ਬਿਲਕੁਲ ਜੀ, ਇਸ ਵਿਸ਼ੇ ਵਿੱਚ ਗੱਲ ਕਰਨ ਲਈ ਜਿਸ ਸ਼ਖਸ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਆਮ ਆਦਮੀ ਪਾਰਟੀ ਅਤੇ ਬਤੌਰ MLA ਗੁਰਪ੍ਰੀਤ ਗੋਗੀ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕਿਸ ਤਰ੍ਹਾਂ ਇਸ ਚੀਜ਼ ਨੂੰ ਦੇਖਦੇ ਨੇ ਕਿ ਮਰਹੂਮ ਬੇਅੰਤ ਸਿੰਘ ਦੇ ਪੋਤੇ ਜਿਨ੍ਹਾਂ ਨੇ ਸ਼ਹਾਦਤ ਮਿਲੀ ਸੀ, ਉਹ ਕਾਂਗਰਸ ਛੱਡ ਕੇ BJP ਜੁਆਇਨਗੇ। ਸਰ ਸਵਾਗਤ ਹੈ। ਆਮ ਆਦਮੀ ਰਵਨੀਤ ਸਿੰਘ ਬਿੱਟੂ ਨੇ BJP ਜੁਆਇਨ ਕਰ ਲਈ। ਦੇਖੋ, ਮੈਂ ਤਾਂ ਅੱਗੇ ਵੀ ਕਹਿੰਦਾ ਹੁੰਦਾ, ਇੱਕ ਤਾਂ ਮੇਰਾ ਸਿੱਧਾ ਜਿਹਾ ਹੀ ਸਵਾਲ ਹੁੰਦਾ ਵੀ ਮੰਦਬੁੱਧੀ ਬੱਚਾ ਕਿਤੇ ਵੀ ਜਾ ਸਕਦਾ, ਠੀਕ ਹੈ ਨਾ? ਅਤੇ ਹੁਣ ਜੇ ਦੂਸਰੀ ਪਾਰਟੀ ਵੀ ਚਲੇ ਗਿਆ BJP ਵਗੈਰਾ 'ਚ, ਤਾਂ ਉਹਦੇ ਨਾਲ ਸਾਨੂੰ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਆਮ ਆਦਮੀ ਪਾਰਟੀ ਇੱਕ ਸੈਕੂਲਰ ਪਾਰਟੀ ਹੈਗੀ ਆ, ਇੱਕ ਸਿਧਾਂਤਕ ਢਾਂਚਾ ਸਾਡਾ, ਜੋ ਕਿ ਅਸੀਂ ਇੱਕ ਉਸ ਸੰਵਿਧਾਨ ਦੇ ਥੱਲੇ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ, ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਦੇ, ਜੋ ਕਿ ਅਸੀਂ ਪਹਿਰਾ ਦੇ ਰਹੇ ਹਾਂ ਉਹਨਾਂ ਦੇ ਸੰਵਿਧਾਨ ਦੇ, ਔਰ ਲੋਕਾਂ ਦੀ ਜੋ ਹੱਕਾਂ ਦੇ ਵਾਸਤੇ ਅਸੀਂ ਲੜਾਈ ਲੜ ਰਹੇ ਹਾਂ, ਉਹਦੇ ਵਾਸਤੇ ਇਹਨਾਂ ਦਾ ਆਇਆ ਰਾਮ ਗਿਆ ਰਾਮ ਜਿਸ ਤਰੀਕੇ ਨਾਲ ਵੀ ਚੱਲ ਰਿਹਾ, ਉਸ ਨਾਲ ਸਾਡੀ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ ਹੈ। ਹੁਣ ਰਵਨੀਤ ਸਿੰਘ ਬਿੱਟੂ ਬਿਆਨ ਦੇ ਰਹੇ ਨੇ ਕਿ ਮੈਂ ਇਸ ਕਰਕੇ ਗਿਆ ਕਿ ਭਾਰਤੀ ਜਨਤਾ ਪਾਰਟੀ ਨੇ ਦੂਸਰੇ ਸਟੇਟਾਂ ਨੂੰ ਬਹੁਤ ਮਜ਼ਬੂਤ ਕਰਤਾ ਜਿੱਥੇ ਜਿੱਥੇ ਸਰਕਾਰ ਹੈ, ਮੈਂ ਵੀ ਸੋਚਿਆ ਕਿ ਪੰਜਾਬ ਦੀ ਇਹਦੇ 'ਚ ਭਲਾਈ ਹੈ। ਦੇਖੋ, ਗੱਲ ਤਾਂ ਇਹ ਆ, ਪਹਿਲੀ ਗੱਲ, ਨਾ ਤਾਂ ਰਵਨੀਤ ਸਿੰਘ ਬਿੱਟੂ ਕੋਈ ਪੰਜਾਬ ਦੇ ਮੁੱਖ ਮੰਤਰੀ ਨੇ, ਅਤੇ ਨਾ ਰਵਨੀਤ ਸਿੰਘ ਬਿੱਟੂ ਕੋਈ ਬਹੁਤ ਵੱਡੇ ਲੀਡਰ ਨੇ, ਇੱਕ ਲੋਕ ਸਭਾ ਦੇ 9 ਹਲਕਿਆਂ ਦੇ ਉਹ ਨੁਮਾਇੰਦੇ ਸੀਗੇ ਚੁਣੇ ਹੋਏ, ਉਹ ਵੀ ਸਰਦਾਰ ਬੇਅੰਤ ਸਿੰਘ ਦੇ ਨਾਮ ਦੇ ਉੱਤੇ ਬਿੱਟੂ ਨੇ ਆਪਣੀ ਜਿਹੜੀ 10 ਸਾਲ ਦੀ 15 ਸਾਲ ਦੀ ਰਾਜਨੀਤੀ ਕੀਤੀ ਆ, ਆਪਣੇ ਸਵਰਗੀਏ ਮਰਹੂਮ ਸਾਡੇ ਸਰਦਾਰ ਬੇਅੰਤ ਸਿੰਘ ਦੀ, ਮੈਂ ਤਾਂ ਸਿੱਧਾ ਕਹਾਂਗਾ ਅੱਜ ਉਹਨਾਂ ਨੇ ਉਹਨਾਂ ਦੀ ਪਗੜੀ ਨੂੰ ਵੀ ਦਾਗ ਲਾਇਆ। ਮਤਲਬ ਜਿਸ ਇਨਸਾਨ ਨੇ ਅੱਤਵਾਦ ਦੇ ਦਿਨਾਂ ਦੇ ਵਿੱਚ ਆਪਣਾ ਜਾਨ ਦੇ ਕੇ ਪੰਜਾਬ ਨੂੰ ਇੱਕ ਸ਼ਾਂਤੀ ਤਰਫ ਲੈ ਕੇ ਆਏ ਸੀਗੇ, ਅੱਜ ਇਹਨਾਂ ਨੇ ਉਹਨਾਂ ਆਪਣੇ ਪੁਰਖਿਆਂ ਦੀ ਵੀ ਇੱਜ਼ਤ ਮਾਣ ਨਹੀਂ ਕੀਤੀ, ਔਰ ਉਹਨਾਂ ਦੀ ਪੱਗ ਦੇ ਉੱਤੇ ਵੀ ਦਾਗ ਲਾ ਕੇ ਅੱਜ ਉਹਨਾਂ ਦੀ ਵੀ ਆਤਮਾ ਨੂੰ ਇਹਨਾਂ ਨੇ ਝੰਜੋੜਿਆ ਹੈਗਾ। ਅਤੇ ਬਹੁਤ ਇਹ ਇਹਨਾਂ ਵਾਸਤੇ ਇੱਕ ਬੜੀ, ਮੇਰੇ ਖਿਆਲ ਨਾਲ ਬੜੀ ਸ਼ਰਮਿੰਦਗੀ ਗੱਲ ਆ, ਬਾਕੀ ਜਿਹੜੇ ਅੱਜ ਤੋਂ 10 ਦਿਨ ਪਹਿਲਾਂ ਰੈਲੀਆਂ ਕਰਦੇ ਸੀ ਕਾਂਗਰਸ ਦੇ ਵਰਕਰਾਂ ਨੂੰ ਝੰਡੇ ਚੁਕਾ ਕੇ, ਇਹ ਸ਼ਹਿਰ ਦੇ ਫਿਰਦੇ ਸੀ, ਮਤਲਬ ਇਹ ਸਭ ਨੂੰ ਵੇਚ ਰਹੇ ਸੀ ਦੂਜੀ ਪਾਰਟੀਆਂ ਨੂੰ, ਕਾਂਗਰਸ ਨੂੰ, ਆਪਣੀ ਮਾਂ ਬੋਲੀ ਪਾਰਟੀ ਜਿਹੜੀ ਸੀ ਇਹਨਾਂ ਦੀ, ਕਾਂਗਰਸ ਨੂੰ ਵੇਚ ਹੀ ਰਹੇ ਸੀ ਨਾ, ਸਿਰਫ ਅਤੇ ਸਿਰਫ ਇਹਨਾਂ ਨੂੰ ਆਪਣਾ ਇੱਕ
ਪਰਸਨਲ ਜਿਹੜਾ ਇੱਕ ਇਹਨਾਂ ਨੂੰ ਚਾਹੀਦਾ ਸੀਗਾ ਵੀ ਮੈਂ ਕਿਸ ਤਰੀਕੇ ਨਾਲ ਸਟੈਬਲਿਸ਼ ਹੋ ਸਕਾਂ, ਕਿਹੜੀ ਪਾਰਟੀ ਜਾ ਕੇ ਸਟੈਬਲਿਸ਼ ਹੋ ਸਕਾਂ। ਇਹਨਾਂ ਨੇ ਇਸ ਕਰਕੇ ਸਭ ਨੂੰ ਕਾਨੂੰਨ ਮਤਲਬ ਛਿੱਕੇ 'ਤੇ ਛੱਡ ਕੇ ਆਪਣੇ ਸਾਥੀਆਂ ਨੂੰ ਵੀ ਸਾਰਿਆਂ ਨਾਲ ਹੀ ਇਹਨਾਂ ਨੇ ਮਤਲਬ ਇੱਕ ਤਰ੍ਹਾਂ ਦੀ ਇਹਨਾਂ ਨੇ ਉਹ ਕੀਤੀ ਹੈਗੀ ਆ, ਗਦਾਰੀ ਕੀਤੀ ਆ। ਤੁਹਾਨੂੰ ਲੱਗਦਾ ਕਿ ਕਾਂਗਰਸ ਦਾ ਅਸਤਿਤਵ ਇਸ ਨੂੰ ਧੀਰੇ ਧੀਰੇ ਹੁਣ ਖਤਮ ਹੋ ਰਿਹਾ? ਦੇਖੋ ਕਾਂਗਰਸ ਤਾਂ ਇਹਨਾਂ ਲੋਕਾਂ ਨੇ ਪਹਿਲਾਂ ਕਾਂਗਰਸ ਬੇਸਿਕਲੀ ਮੈਂ ਤੁਹਾਨੂੰ ਦੱਸਦਾ ਜੀ ਕਾਂਗਰਸ ਖਤਮ ਇਹਨਾਂ ਲੋਕਾਂ ਨੇ ਕੀਤੀ ਆ, ਚੰਦ ਲੋਕਾਂ ਨੇ, ਕਿਉਂਕਿ ਇਹ ਲੋਕ ਤੁਸੀਂ ਤੁਹਾਡੇ ਸਾਹਮਣੇ ਇੱਕ ਮਿਸਾਲ ਆਈ ਗਈ ਹੈ ਬਿੱਟੂ ਜੀ ਦੀ, ਆਜ ਕੱਲ੍ਹ ਨੂੰ ਕਿਸੇ ਹੋਰ ਦੀ ਵੀ ਆਜੂਗੀ। ਮਤਲਬ ਇਹ ਉਹ ਲੋਕ ਨੇ ਸਿਰਫ ਅਤੇ ਸਿਰਫ ਜਿਹੜੇ ਆਪਣੇ ਫਾਇਦੇ ਵਾਸਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ, ਆਪਣੇ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ, ਆਪਣੇ ਵਰਕਰਾਂ ਦੇ ਭਾਵਨਾਵਾਂ ਨਾਲ ਇਹ ਖੇਡਦੇ ਆਏ ਨੇ। ਸਿਰਫ ਇਹਨਾਂ ਨੂੰ ਆਪਣੇ ਨਾਲ ਮਤਲਬ ਹੁੰਦਾ, ਇਹਨਾਂ ਨੂੰ ਇਹ ਲੋਕਾਂ ਨੂੰ ਇਹ ਨਹੀਂ ਹੈ ਵੀ ਅਸੀਂ ਪਾਰਟੀ ਲਈ ਕੰਮ ਕਰ ਰਹੇ ਹਾਂ, ਅਸੀਂ ਜੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ ਆ। ਕੀ ਗੱਲ, ਰਮਨੀਤ ਸਿੰਘ ਬਿੱਟੂ ਨੂੰ 10 ਸਾਲ ਸੰਸਦ ਰਹੇ ਨੇ, ਪਿੱਛੇ ਤਾਂ ਸਰਕਾਰ 5 ਸਾਲ ਪਹਿਲਾਂ ਤਾਂ ਕਾਂਗਰਸ ਦੀ ਸੀਗੀ, ਠੀਕ ਹੈ, ਉਦੋਂ ਹੱਕ ਲੜਾ ਲੈਂਦੇ। ਉਸ ਤੋਂ ਪਹਿਲਾਂ 10 ਸਾਲ ਕਾਂਗਰਸ ਦੀ ਮਨਮੋਹਨ ਸਿੰਘ ਰਹੇ ਨੇ, ਠੀਕ ਹੈ, ਉਦੋਂ ਵੀ ਇਹ ਅਨੰਦਪੁਰ ਸਾਹਿਬ ਤੋਂ ਮੇਰਾ ਖਿਆਲ ਉਹਨਾਂ ਦਿਨਾਂ 'ਚ ਵੀ ਰਹੇ ਨੇ MP, ਅਤੇ ਉਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਲੈਂਦੇ। ਉਹ ਤਾਂ ਇਹਨਾਂ ਨੂੰ ਯਾਦ ਨਹੀਂ ਆਏ ਪੰਜਾਬ ਦੇ ਲੋਕ। ਅੱਜ ਇਹਨਾਂ ਨੂੰ ਬੜੀ ਪਿਆਰ ਮੁਹੱਬਤ ਜਾਗ ਪਈ ਆ ਪੰਜਾਬ ਦੇ ਲੋਕਾਂ ਨਾਲ। ਮੈਂ ਤਾਂ ਹੈਰਾਨ ਹਾਂ ਵੀ ਇਹ ਕਿਸ ਤਰੀਕੇ ਦੇ ਸੁਪਨੇ ਲੈ ਰਹੇ ਨੇ, ਇਹ ਮੰਗੇਰੀ ਲਾਲ ਕੇ ਹਸੀਨ ਸੁਪਨੇ ਜਿਹੜੇ ਇਹਨਾਂ ਨੂੰ ਰਾਤੋਂ ਰਾਤ ਮਤਲਬ ਇਹਨਾਂ ਨੂੰ ਮਤਲਬ ਇਹੋ ਜਿਹਾ ਕੁਛ ਕਰਕੇ ਮੰਦ ਬੁੱਧੀ ਤੋਂ ਬਾਅਦ ਤਾਂ ਹੁਣ ਮੈਂ ਤਾਂ ਬੰਦ ਬੁੱਧੀ ਕਹਾਂਗਾ ਇਹਨਾਂ ਨੂੰ ਕਿ ਬੰਦ ਬੁੱਧੀ, ਇਹਨਾਂ ਦੀ ਬੁੱਧੀ ਬੰਦ ਹੋ ਗਈ ਆ ਵੀ ਠੀਕ ਆ ਵੀ। MP ਦੀ ਟਿਕਟ ਮਿਲ ਸਕਦੀ ਹੈ BJP ਤੋਂ? ਦੇਖੋ ਲੈ ਵੀ ਲੈਣਗੇ, ਕੋਈ ਵੱਡੀ ਗੱਲ ਨਹੀਂ, ਇਹ 'ਚ ਕੋਈ ਵੱਡੀ ਗੱਲ ਨਹੀਂ ਹੈ, 2-3 ਵਾਰ ਰਹੇ ਨੇ, ਲੈ ਸਕਦੇ ਨੇ, ਪਰ ਹੁਣ ਲੋਕ ਆਪਣਾ ਫੈਸਲਾ ਆਪ ਸੁਣਾਉਣਗੇ। ਜੇ ਆਪਣਾ ਫੈਸਲਾ ਖੁਦ ਆਪਣੇ ਲਈ ਕਰਨਾ ਜਾਣਦਾ ਤਾਂ ਲੋਕ ਵੀ ਆਪਣੇ ਹਿੱਤਾਂ ਦੇ ਫੈਸਲੇ ਆਪ ਕਰਨਾ ਜਾਣਦੇ ਆ। ਸਾਡੇ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ, ਸਵਾਰਥੀ ਰਾਜਨੀਤੀ ਨੂੰ ਕਹਿ ਸਕਦੇ ਹਾਂ? ਬਿਲਕੁਲ ਸਵਾਰਥੀ ਤੋਂ ਨਜ਼ਰ ਆ ਰਿਹਾ ਤੁਹਾਡੇ ਸਾਹਮਣੇ। ਜਿਹੜੇ ਪਰਸੋਂ ਤੱਕ ਕਾਂਗਰਸ ਦੇ ਗੀਗੇ ਗਾਉਂਦੇ ਸੀ, ਉਹਨਾਂ ਦੇ ਵਰਕਰਾਂ ਦੇ ਝੰਡੇ ਚੁੱਕ ਕੇ ਉੱਥੇ ਤਾਲੇ ਲਾਉਣ ਗਏ ਸੀ ਨਾ, ਕਾਂਗਰਸ ਦੇ ਵਰਕਰ ਸੀ ਸਾਰੇ, ਉਦੋਂ ਕੋਈ BJP ਦਾ ਤਾਂ ਨਹੀਂ ਸੀ, ਸਾਰੇ ਕਾਂਗਰਸ ਦੇ ਜਿਹੜੇ 500-700 ਬੰਦਾ ਗਿਆ ਉਹ ਲੁਧਿਆਣੇ ਦੇ ਕਾਂਗਰਸ ਦੇ ਵਰਕਰ ਹੀ ਸੀ ਨਾ, ਜਿਨ੍ਹਾਂ ਨੇ ਮਤਲਬ ਇਹ ਤਾਂ ਇੱਕ ਸ਼ੋਅ ਤਾਂ ਸਾਰਾ ਵਰਕਰਾਂ ਦਾ ਸੀ। ਇਹ 2-4 ਜਿਹੜੇ ਛੁਟਵਈਆ ਸੀਗੇ ਇਹਨਾਂ ਨੇ ਮੂਹਰੇ ਹੋ ਕੇ ਜੋ ਵੀ ਕੀਤਾ ਨਾ, ਅਤੇ ਕੋਈ ਗੱਲ ਨਹੀਂ, ਆਉਣ ਵਾਲੇ ਟਾਈਮ 'ਚ ਚੋਣਾਂ 'ਚ ਲੋਕ ਆਪਣੇ ਆਪ ਆਪਣਾ ਫੈਸਲਾ ਸੁਣਾ ਦੇਣਗੇ ਕਿ ਵੀ ਰਵਨੀਤ ਸਿੰਘ ਬਿੱਟੂ ਦਾ ਫੈਸਲਾ ਜਾਇਜ਼ ਆ ਕਿ ਉਹਦਾ ਆਪਣੇ ਵਾਸਤੇ ਸੀਗਾ। ਮਿਹਰਬਾਨੀ ਜੀ, ਕਿਤੇ ਨਾ ਕਿਤੇ ਅਸੀਂ ਗੱਲ ਕਰਕੇ ਕਿਹਾ ਕਿ ਉਹਨਾਂ ਦੇ ਆਉਣ ਜਾਂ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ, ਪੰਜਾਬ ਦੀ ਜਨਤਾ ਨੇ ਆਪਣਾ ਫਤਵਾ ਸੁਣਾਉਣਾ ਅਤੇ ਆਉਣ ਵਾਲੇ ਟਾਈਮ 'ਚ ਪੰਜਾਬ ਦੀ ਜਨਤਾ ਫਤਵਾ ਸੁਣਾਊਗੀ। ਲੇਕਿਨ ਪੰਜਾਬ ਲਈ ਇਹ ਬਹੁਤ ਵੱਡੀ ਖਬਰ ਹੈ ਕਿ ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਏ ਨੇ। ਲੁਧਿਆਣਾ ਤੋਂ ਲੁਧਿਆਣਾ ਲੈਵਲੀ, ਮੈਂ ਅਰਵਿੰਦਰ ਸਰ।